Come on.
और संगतां दा आप जी ने इकट्ठ देखिया है
ਇਹ ਸੈਂਚੀਆਂ ਭਾਈ ਜਤਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ ਜੋ ਸਹਿਜ ਪਾਠ ਲਹਿਰ ਜਿਨ੍ਹਾਂ ਨੇ ਸ਼ੁਰੂ ਕੀਤੀ ਸੀਗੀ ਉਹਨਾਂ ਵੱਲੋਂ ਪਹੁੰਚਾਈਆਂ ਗਈਆਂ। ਬੜੀ ਵੱਡੀ ਪਰਉਪਕਾਰ ਵਾਲੀ ਗੱਲ ਹੈ ਕਿ ਇਹ ਸੈਂਚੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਈ ਜਤਿੰਦਰ ਸਿੰਘ ਜੀ ਵੱਲੋਂ ਜਿਹੜੀਆਂ ਉਹ ਪਹੁੰਚਾਈਆਂ ਜਾਂਦੀਆਂ ਨੇ ਔਰ ਸੰਗਤਾਂ ਘਰੇ ਬੈਠ ਕੇ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਬਾਣੀ ਜਿਹੜੀ ਆ ਪ੍ਰੇਮ ਵਿੱਚ ਗੁਰੂ ਦੇ ਚਰਨਾਂ ਵਿੱਚ ਪ੍ਰੇਮ ਨਾਲ ਭੇਟਾ ਕਰਕੇ ਇਹ ਪਾਠ ਕੀਤਾ ਉਹਨਾਂ ਨੇ। ਸੋ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਖਾਲਸੇ ਕੇ ਬੋਲਬਾਲੇ ਹੋਏ ਆ, ਖਾਲਸੇ ਨੇ ਦਿੱਲੀ ਫਤਿਹ ਕੀਤੀ ਆ। ਇਹ ਕਿਸਾਨੀ ਸੰਘਰਸ਼ ਜਿਹੜਾ ਸੀਗਾ, ਇਸ ਵੇਲੇ ਜਿਹੜੀ ਜ਼ਾਲਮ ਸਰਕਾਰ ਸੀ ਜਿਸ ਨੇ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਧੱਕਾ ਕੀਤਾ, 700 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਪਰ ਸਾਧ ਸੰਗਤ ਜੀ ਜਿੱਥੇ ਸਰਕਾਰ ਦੀ ਮਿਸ਼ਨਰੀ ਇੱਕ ਬੰਨੇ ਸੀ, ਮੀਡੀਆ ਇੱਕ ਬੰਨੇ ਸੀ, ਕੇਵਲ ਤਾਂ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਖਾਲਸਿਆਂ ਦੇ ਨਾਲ, ਆਪਣੇ ਕਿਸਾਨ ਬੱਚਿਆਂ ਦੇ ਨਾਲ ਸਨ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਖ ਕਿਰਤੀ ਹੈ ਔਰ ਕੋਵਿਡ ਦੇ ਵਿੱਚ ਉਸਨੇ ਲੰਗਰ ਲਾਏ ਪਰ ਸਰਕਾਰ ਨੇ ਉਹਨਾਂ ਨੂੰ ਦੇਸ਼ ਧਰੋਹੀ ਦਾ ਖਿਤਾਬ ਦਿੱਤਾ। ਪਰ ਮੈਂ ਵਧਾਈ ਦਿੰਦਾ ਹੈ ਕਿ ਕਿਸਾਨ ਸਿੰਘਾਂ ਨੇ ਆਪਣਾ ਮੋਰਚਾ ਜਿਹੜਾ ਹੈ ਅੱਜ ਉਹਨਾਂ ਨੇ ਫਤਿਹ ਕਰ ਲਿਆ, ਇਹਦੀਆਂ ਵੀ ਬਹੁਤ ਬਹੁਤ ਵਧਾਈਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ 19 ਤਰੀਕ ਨੂੰ ਇੱਥੇ ਮਨਾਇਆ ਗਿਆ, ਪਰ ਅੱਜ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਵਡਿਆਈਆਂ ਨੂੰ ਯਾਦ ਕੀਤਾ ਜਾ ਰਿਹਾ। ਬੱਚਿਆਂ ਨੇ ਕਵਿਤਾ, ਕਵੀਸ਼ਰੀ, ਲੈਕਚਰ, ਛੋਟੀ ਛੋਟੀਆਂ ਬੱਚੀਆਂ ਨੇ ਕੀਰਤਨ ਰਾਹੀਂ ਸੇਵਾ ਕੀਤੀ ਹੈ। ਸੋ ਸਾਰੀਆਂ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 8 ਦਸੰਬਰ ਨੂੰ ਸ਼ਹੀਦੀ ਦਿਹਾੜਾ ਆ ਰਿਹਾ, ਆਓ ਸਾਰੇ ਰਲ ਮਿਲ ਕੇ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ, ਆਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ 'ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਰ ਉਪਕਾਰਾਂ ਨੂੰ ਸੰਸਾਰ ਵਿੱਚ ਦੱਸੀਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਹੈ ਉਹ 8 ਦਸੰਬਰ ਨੂੰ ਆ ਰਿਹਾ ਹੈ। ਇਸ ਅਸਥਾਨ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਉੱਚ ਕੋਟੀ ਦੇ ਰਾਗੀ, ਢਾਡੀ ਸਾਹਿਬਾਨ, ਪ੍ਰਚਾਰਕ ਸਾਹਿਬਾਨ, ਇੱਥੇ ਵੱਡਾ ਸਮਾਗਮ ਹੋ ਰਿਹਾ। ਸੋ ਸਮੁੱਚੀਆਂ ਸੰਗਤਾਂ, ਜੰਮੂ ਕਸ਼ਮੀਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਉਹਨਾਂ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਵੱਧ ਚੜ੍ਹ ਕੇ ਜਿਹੜਾ ਹਿੱਸਾ ਪਾਉਣਾ ਹੈ। ਔਰ ਇਹਨਾਂ ਸਮਾਗਮਾਂ ਦੀ ਸਫਲਤਾ ਵਾਸਤੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਨੇ, ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਨੇ, ਭਾਈ ਕੇਹਰ ਸਿੰਘ ਅਤੇ ਭਾਈ ਸਤਨਾਮ ਸਿੰਘ ਬਾਰੇ ਦੱਸਣਾ ਚਾਹਾਂਗਾ ਕਿ ਇਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ। ਲਗਭਗ 2-3 ਸਾਲ ਇਸ ਅਸਥਾਨ ਵਾਸਤੇ ਬੜੀ ਘਾਦਨਾ ਕਾਲੀ ਹੈ, ਉਹ ਸਮਾਂ ਲੱਗੇਗਾ ਫਿਰ ਕਿਉਂਕਿ ਅਰਦਾਸ ਸ਼ੁਰੂ ਹੋ ਗਈ ਹੈ। ਭਾਈ ਜਸਵੀਰ ਸਿੰਘ ਜੀ ਹੋਰ ਗੁਰਮੁਖ ਪਿਆਰੇ ਨੇ, ਇਹਨਾਂ ਦੀ ਘਾਦਨਾ ਬਹੁਤ ਵੱਡੀ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।